ਆਮ ਆਦਮੀ ਪਾਰਟੀ ਵੱਲੋਂ ਅੱਜ ਲੋਕ ਸਭਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਅੰਮ੍ਰਿਤਸਰ ਸੀਟ ਦੇ ਲਈ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਕੈਬਨਿਟ ਦੇ ਵਿੱਚ ਮੰਤਰੀ ਵੀ ਨੇ, ਤਾਂ ਉਹਨਾਂ ਨੂੰ ਇੱਕ ਵਾਰ ਫਿਰ ਪਾਰਟੀ ਨੇ ਮੌਕਾ ਦਿੱਤਾ। ਇਸ ਵੇਲੇ ਕੁਲਦੀਪ ਧਾਰੀਵਾਲ ਸਾਡੇ ਨਾਲ ਨੇ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ। ਔਰ ਇੱਕ ਵਾਰ ਪਹਿਲਾਂ ਵੀ ਲੋਕ ਸਭਾ ਦੇ ਉਮੀਦਵਾਰ ਦੇ ਤੌਰ 'ਤੇ ਪਾਰਟੀ ਤੁਹਾਨੂੰ ਉਤਾਰ ਚੁੱਕੀ, ਪਰ ਹੁਣ ਮੰਤਰੀ ਔਰ ਮੰਤਰੀ ਤੋਂ ਬਾਅਦ ਫਿਰ ਇੱਕ ਮੌਕਾ ਦੇਣਾ, ਇਹ ਕਿੰਨੀ ਕੁ ਵੱਡੀ ਕਾਮਯਾਬੀ ਜਾਂ ਕਿੰਨੀ ਕੁ ਵੱਡੀ ਉਪਲਬਧੀ ਹੈ ਤੁਹਾਡੇ? ਸਰ, ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਕੌਮੀ ਕਲਮਾਂ ਅਰਵਿੰਦ ਕੇਜਰੀਵਾਲ ਜੀ ਦਾ, ਭਗਵੰਤ ਮਾਨ ਜੀ ਜਿਹੜੇ ਪੰਜਾਬ ਦੇ ਪ੍ਰਿਆ ਮੁੱਖ ਮੰਤਰੀ ਨੇ, ਔਰ ਪਾਰਟੀ ਦੇ ਜਨਰਲ ਸਕੱਤਰ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਵਰਕ ਨੂੰ ਅਤੇ ਮੇਰੀ ਵਫਾਦਾਰੀ ਨੂੰ ਮੁੱਖ ਰੱਖ ਕੇ ਮੈਨੂੰ ਪਾਰਟੀ ਦੀ ਐਡੀ ਵੱਡੀ ਮਤਲਬ ਟਿਕਟ ਜਿਹੜੀ ਹੈ ਉਹ ਦਿੱਤੀ। ਸਾਡੇ ਅੱਗੇ ਆਮ ਘਰਾਂ ਦੇ ਮੁੰਡੇ ਜਿਹੜੇ ਆ ਉਹਨਾਂ ਨੂੰ ਇਹੀ ਪਾਰਟੀ ਟਿਕਟ ਦੇ ਸਕਦੀ, ਹੋਰ ਕਿਸੇ ਕੋਲ ਟਿਕਟ ਕਾਂਗਰਸ ਅਕਾਲੀ ਸਾਨੂੰ ਟਿਕਟ ਨਹੀਂ ਦੇ ਸਕਦੇ, ਨਾ ਕੋਈ ਸਾਡੇ ਕੋਲ ਇੰਨੇ ਪੈਸੇ ਨਹੀਂ ਹੈ, ਕੁਛ ਨਹੀਂ ਹੈ। ਇਹ ਸਾਡਾ ਵਰਕ ਕਰਕੇ, ਸਾਡੀ ਵਫਾਦਾਰੀ ਕਰਕੇ ਟਿਕਟ ਜਿਹੜੀ ਹੈ ਪਾਰਟੀ ਨੂੰ ਦਿੱਤੀ ਹੈ। ਔਰ ਮੈਂ ਆਪਣੀ ਪਾਰਟੀ ਦੀ ਹਾਈਕਮਾਂਡ ਨੂੰ, ਕੇਜਰੀਵਾਲ ਜੀ ਨੂੰ, ਮਾਨ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿਸ ਆਸ ਉਮੀਦ ਦੇ ਨਾਲ ਤੁਸੀਂ ਮੈਦਾਨ 'ਚ ਉਤਾਰਿਆ, ਤੁਹਾਡਾ ਇਹ ਸਿਪਾਹੀ, ਤੁਹਾਡਾ ਇਹ ਵਰਕਰ ਜਿੱਤ ਪ੍ਰਾਪਤ ਕਰਕੇ ਸਰ ਤੁਹਾਡੇ ਕੋਲ ਆਊਗਾ ਇਹ ਡਿਪਟ ਜਿੱਤ ਕੇ, ਜਿਹੜਾ ਮਾਨ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ। ਪਰ ਇਹ ਤੁਹਾਡੇ ਲਈ ਕਿੰਨੀ ਕੁ ਵੱਡਾ ਕੋਈ ਚੁਣੌਤੀ, ਕਿਉਂਕਿ ਹਾਲੇ ਬਾਕੀ ਪਾਰਟੀਆਂ ਦੇ ਉਮੀਦਵਾਰ ਉਤਾਰੇ ਜਾਣੇ ਆ, ਤੁਸੀਂ ਕੈਬਨਿਟ ਦੇ ਵਿੱਚ ਮੰਤਰੀ ਵੀ ਹੋ, ਤਾਂ ਜ਼ਿੰਮੇਵਾਰੀ ਕਿੰਨੀ ਕੁ ਤੁਹਾਡੀ ਵੱਧ ਜਾਂਦੀ ਹੈ, ਕਿਉਂਕਿ ਮੰਤਰੀ ਦੇ ਨਾਲ ਨਾਲ ਹੁਣ ਲੋਕ ਸਭਾ ਸੀਟ ਦੇ ਲਈ ਮੈਦਾਨ ਦੇ ਵਿੱਚ ਚੋਣ ਪ੍ਰਚਾਰ ਵੀ ਕਰਨਾ? ਦੇਖੋ ਜੀ, ਦੇਖੋ ਚੁਣੌਤੀ ਵੀ ਹੁੰਦੀ ਹੈ, ਜ਼ਿੰਮੇਵਾਰੀ ਵੀ ਹੁੰਦੀ ਹੈ। ਔਰ ਮੈਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਵੱਡੀ ਲੜਾਈ ਲੜਦਾ ਮਜ਼ਾ ਆਉਂਦਾ। ਮੈਂ ਮਾੜੇ ਬੰਦੇ ਨਾਲ ਤਾਂ ਮੈਂ ਵੈਸੇ ਨਹੀਂ ਸੋਚਦਾ ਵੀ ਸਾਡੀ, ਜਦੋਂ ਮੈਂ ਨਾਲੇ ਚਾਹੇ ਉਦੋਂ ਬਹੁਤ ਲੋਕਾਂ ਨੇ ਮੈਨੂੰ ਡਰਾਇਆ ਸੀਗਾ ਜੀ, ਦੋ ਬੜੇ ਵੱਡੇ ਪਰਿਵਾਰ ਨੇ ਜੀ, ਇਹਨਾਂ ਦਾ ਕਿੱਥੇ ਲੜਾਈ ਲੜੋਗੇ ਜੀ, ਇੱਦਾਂ ਹੋਜੂਗਾ ਜੀ, ਉੱਦਾਂ ਹੋਜੂਗਾ, ਤੁਹਾਡੇ ਸਾਹਮਣੇ ਰਿਜ਼ਲਟ ਆਇਆ। ਹੁਣ ਵੀ ਵੱਡੇ ਲੋਕ ਆਉਣਗੇ, ਮੈਨੂੰ ਪਤਾ ਵੱਡੇ ਲੋਕ ਬਿਲਕੁਲ ਚਰਚਾਵਾਂ ਨੇ, ਕੋਈ ਕਹਿੰਦਾ ਜੀ ਇਹਨੂੰ ਲਿਆਵਾਂਗੇ, ਜਿੱਥੋਂ ਵਧੀਆ ਆ ਜਾਣ ਜੀ। ਫੈਸਲਾ ਪਹਿਲਾਂ ਵੀ ਅੰਮ੍ਰਿਤਸਰ ਦੀ ਧਰਤੀ ਨੇ, ਅੰਮ੍ਰਿਤਸਰ ਦੇ ਹੀ ਉਮੀਦਵਾਰ ਦਾ ਕੀਤਾ, ਹੁਣ ਵੀ ਅੰਮ੍ਰਿਤਸਰ ਦੀ ਧਰਤੀ ਇੱਥੋਂ ਦੇ ਉਮੀਦਵਾਰ ਨੂੰ ਪਹਿਲ ਦਊਗੀ, ਤੁਸੀਂ ਕਿਉਂ ਦਾ? ਤੇ ਜੇਕਰ ਅਕਾਲੀ ਬੀਜੇਪੀ ਦਾ ਗੱਠਜੋੜ ਹੁੰਦਾ, ਉਹ ਤੁਹਾਡੇ ਲਈ ਕੋਈ ਚੈਲੰਜ ਬਣ ਸਕਦਾ? ਮੈਂ ਕਿਹਾ ਅਕਾਲੀ ਬੀਜੇਪੀ ਹੋਰ 5-7 ਇਕੱਠਾ ਗੱਠਜੋੜ ਕਰ ਲੈਣ, ਕੋਈ ਚੈਲੰਜ ਹੋਣੀ ਨਹੀਂ, ਕੁਛ ਨਹੀਂ, ਕੌਣ ਪੁੱਛਦਾ ਸਰ? ਸੁਖਬੀਰ ਬਾਦਲ ਦਾ ਸਮਾਂ ਖਤਮ ਹੋ ਗਿਆ, ਜੇ ਜੇ ਸੁਨੀਲ ਜਾਖੜ ਏਡਾ ਹੀ ਵੱਡਾ ਲੀਡਰ ਹੁੰਦਾ, ਆਹ ਕਾਂਗਰਸ ਦਾ ਬੁਰਾ ਹਾਲ ਕਰਕੇ ਉੱਥੇ ਚਲ ਗਿਆ, ਜੇ ਲੀਡਰ ਹੁੰਦੇ ਤਾਂ ਕਾਂਗਰਸ ਨਾ ਜਿਤਾਉਂਦੇ, ਆਪਣਾ ਹਲਕਾ ਆ ਕੇ ਕਈ ਵਾਰ ਹਜੇ ਉੱਥੇ ਫਿਰੋਜ਼ਪੁਰ ਉਹਨਾਂ ਨੂੰ ਪੁੱਛਦਾ ਨਹੀਂ। ਇਸ ਕਰਕੇ ਜਿੰਨਾ ਮਰਜ਼ੀ ਗੱਠਜੋੜ ਹੋਈ ਸਾਡੇ ਲਈ ਕੋਈ ਗੱਲ ਨਹੀਂ, ਅਸੀਂ ਤਾਂ ਲੜਾਈ ਲੜ ਰਹੇ, ਪਹਿਲਾਂ ਵੀ ਕਿਹਾ, ਮਾਨ ਸਾਹਿਬ ਵੀ ਕਹਿੰਦੇ ਤੇਰਾ ਬੜਾ ਜੀਰੋ ਤੁਹਾਡੇ ਸਾਹਮਣੇ ਹੋਊਗਾ, ਦੇਖਿਓ ਕੀ ਬਣਦਾ। ਸੋ ਗੱਠਜੋੜ ਦਾ ਕੋਈ ਅਸਰ ਨਹੀਂ, ਜੋ ਮਰਜ਼ੀ ਕਰ ਲੈਣ, ਕਿਉਂਕਿ ਇਹਨਾਂ ਕਾਹਦਾ ਗੱਠਜੋੜ ਹੈ ਜੀ, ਇਹ ਦੱਸੋ। ਮਨਿੰਦਰ ਲਾਹੌਰ ਮਨਿੰਦਰ ਵੀ ਕਹਿੰਦਾ ਮੈਂ ਬੀਜੇਪੀ 'ਚ, ਸੁਨੀਲ ਜਾਖੜ ਵੀ ਕਹਿੰਦਾ ਮੈਂ ਬੀਜੇਪੀ 'ਚ, ਉਹ ਜੇ ਸੁਖਬੀਰ ਹੋਣੀ ਜਿਹੜੇ ਆਪਣੇ ਚਾਚੇ ਨਾਲ ਹੱਥ ਮਿਲਾਉਣਗੇ ਅਮਰਿੰਦਰ ਸਿੰਘ ਦਾ, ਜਿੱਦਣ ਗੱਠਜੋੜ ਕਰਕੇ ਬੀਜੇਪੀ ਵਾਲੇ ਅਕਾਲੀ ਦਲ ਪੰਜਾਬ ਦੇ ਪਿੰਡਾਂ ਜਾਣਗੇ ਫਿਰ ਪਤਾ ਲੱਗੂ, ਅਜੇ ਕਿਸਾਨ ਬੈਠੇ ਅੱਜ ਦਿੱਲੀ ਕਿੰਨਾ ਕਿਸਾਨ ਗਿਆ, ਸ਼ੰਭੂ ਬਾਰਡਰ 'ਤੇ, ਕਦੌਲੀ ਬਾਰਡਰ 'ਤੇ ਕਿੰਨੇ ਕਿਸਾਨ ਬੈਠੇ ਆ, ਅਤੇ ਬੀਜੇਪੀ ਵਾਲੇ ਗੱਲਾਂ ਕਰਦੇ, ਜਦੋਂ ਮੈਦਾਨ 'ਚ ਆਉਣਗੇ ਤਾਂ ਫਿਰ ਪਤਾ ਲੱਗੂਗਾ। ਕਿਸਾਨ ਉਦੋਂ ਦੀ ਪਾਰਟੀ ਪੰਜਾਬ 'ਚ ਕਾਮਯਾਬ ਹੋ ਜੂ, ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਖੇਤੀਬਾੜੀ ਸਟੇਟ ਹੈ ਸਾਡੀ, ਇੱਥੇ ਕਿਸਾਨ ਦਾ ਭਲਾ ਕਰਨ ਵਾਲੀ ਪਾਰਟੀ ਚਾਹੀਦੀ, ਅਤੇ ਸਾਡੇ ਤਾਂ ਬੀਜੇਪੀ ਵਾਲੀ ਨੇ ਕਿੰਨੇ 740 ਕਿਸਾਨ ਜਿਹੜੇ ਸ਼ਹੀਦ ਕੀਤੇ ਆ ਬਾਰਡਰ ਦੇ ਉੱਤੇ, ਕੋਈ ਨਹੀਂ ਪੁੱਛੂਗਾ ਜੀ ਭਾਵੇਂ ਜੋ ਮਰਜ਼ੀ। ਪਰ ਤੁਹਾਨੂੰ ਕੀ ਲੱਗਦਾ ਕਿ ਪਾਰਟੀ ਨੇ ਕੀ ਦੇਖਿਆ ਤੁਹਾਡੇ ਵਿੱਚ ਕਿ ਤੁਹਾਨੂੰ ਪਹਿਲਾਂ ਕੈਬਨਿਟ ਮੰਤਰੀ ਬਣਾਇਆ ਔਰ ਉਸ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਇਹ ਮੌਕਾ? ਮੈਂ 15 ਦੇ ਵਿੱਚ ਇਸ ਪਾਰਟੀ 'ਚ ਆਇਆ, ਅੱਜ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ, 9 ਸਾਲ ਹੋ ਗਏ ਲਗਾਤਾਰ ਕੰਮ ਕਰਦੇ। ਮੈਂ 15 ਤੋਂ ਲੈ ਕੇ ਜਿੱਦਣ ਦਾ ਪਾਰਟੀ ਸ਼ਾਮਿਲ ਹੋਇਆ ਅੱਜ ਤੱਕ ਇੱਕ ਛੁੱਟੀ ਨਹੀਂ ਕੀਤੀ, ਮੰਤਰੀ ਬਣ ਕੇ ਵੀ ਨਹੀਂ ਕੀਤੀ, ਮੈਂ ਮੰਤਰੀ ਬਣ ਕੇ ਵੀ ਕਿਤੇ ਬਾਹਰ ਨਹੀਂ ਗਿਆ ਆਪਣੀ ਸਟੇਟ 'ਚ।
ਕਿਤੇ ਨਹੀਂ ਗਿਆ ਮੇਰੇ ਕੋਲ ਹਾਲੇ ਸਾਨੂੰ ਮਿਲਦੇ ਮਤਲਬ ਟਿਕਟਾਂ ਟੁਕਟਾਂ ਮਿਲਦੀਆਂ ਮੈਂ ਨਹੀਂ ਜਾਂਦਾ ਔਰ ਮੈਂ ਆਪਣੇ ਮੰਤਰੀ ਪਦ ਦੇ ਵਿੱਚ ਕਿਹਾ ਫਾਈਵ ਸਟਾਰ ਹੋਟਲ ਦਾ ਬੂਹਾ ਨਹੀਂ ਲੰਘਿਆ ਸ਼ਾਇਦ ਮੇਰੀ ਸਿਰਫ ਵਫਾਦਾਰੀ ਅਤੇ ਮੇਰੀ ਮਿਹਨਤ ਨੂੰ ਵੇਖ ਕੇ ਮੇਰੀ ਪਾਰਟੀ ਦੇ ਮੂਹਰੇ ਵੀ ਇਹ ਬੰਦਾ ਯਾਰ ਇੰਨਾ ਕੰਮ ਕਰਦਾ ਰਾਤ ਦਿਨ ਆਪਣੇ ਕੰਮ 'ਤੇ ਫੋਕਸ ਕਰਦਾ ਸਮਝਦੇ ਕੀ ਗੱਲ ਉਹਦੇ ਕਰਕੇ ਆਪਾਂ ਨੂੰ ਟਿਕਟ ਮਿਲੀ ਜਿਹੜੇ 2 ਸਾਲ ਦਾ ਕਾਰਜਕਾਲ ਹੈ ਕੀ ਉਹਦੇ ਵਿੱਚ ਜਿਹੜੀਆਂ ਉਪਲਬਧੀਆਂ ਜਾਂ ਜਿਹੜੇ ਕੰਮ ਕੀਤੇ ਗਏ ਉਹ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਦੱਸੋ ਬਿਲਕੁਲ ਦੱਸਾਂਗੇ ਸਰ 2 ਸਾਲ ਦੇ ਕਾਰਜਕਾਲ ਦੇ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੋਈ ਮੰਤਰੀ ਇੱਦਾਂ ਦਾ ਮਾਈ ਦਾ ਲਾਲ ਇੱਕ ਦੇ ਹੱਥ ਧਰਕੇ ਰੱਖੇ ਜਿਹਨੇ 5 ਮਰਲੇ ਜ਼ਮੀਨ ਵੀ ਛਡਾਈ ਹੋਏ ਸਰ ਤੁਹਾਡੇ ਇਸ ਭਰਾ ਨੇ ਗਰੀਬ ਜਿਹੇ ਕਿਸਾਨ ਦੇ ਪੁੱਤ ਨੇ 11,000 ਏਕੜ ਜ਼ਮੀਨ 11,000 ਏਕੜ ਜ਼ਮੀਨ ਜ਼ਮੀਨ ਮਾਫੀਆ ਦੀ ਧੌਣ ਤੇ ਕੋਟਾ ਦੇ ਕੇ ਛਡਾਈ 3,000 ਕਰੋੜ ਤੋਂ ਉੱਪਰ ਬਣਦੀ ਉਹ 3,000 ਮੇਰੇ ਕੋਲ ਇਹਨਾਂ ਦਾ ਹੀ ਮਹਿਕਮਾ ਸੀਗਾ ਮੈਂ 1500 ਦੇ ਕਰੀਬ ਕੇਸ ਇਹਨਾਂ ਦਾ 2 ਸਾਲ ਚੱਲ ਗਏ ਮੈਂ ਆਪਣੇ ਮਹਿਕਮੇ ਦਾ 100% ਦੀ 500% ਮੈਂ ਇਨਸਾਫ ਕੀਤਾ ਸਮਝਦੇ ਕਿਹਦੀ ਗੱਲ ਇਹੀ ਲੋਕਾਂ ਨੂੰ ਕਹਿਣਾ ਬਈ ਆ ਜਾਓ ਤੁਸੀਂ ਦੇਖਿਓ ਕੀ ਬਣਦਾ ਇੱਥੇ ਵੀ ਅੰਮ੍ਰਿਤਸਰ ਦੀ ਧਰਤੀ ਤੇ ਆਪਾਂ ਅੰਮ੍ਰਿਤਸਰ ਦੇ ਜਿਹੜੇ ਮਸਲੇ ਉਹ ਵੀ ਪੂਰੇ ਐਂ ਡਟ ਕੇ ਹੱਲ ਕਰਨਾ ਆਖਰੀ ਸਵਾਲ ਪਿਛਲੀ ਵਾਰ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਇੱਕ ਦਾਅਵਾ ਕੀਤਾ ਸੀ ਲਿਖ ਕੇ ਵੀ ਦੇਤਾ ਸੀ ਕਿ ਸਾਡੀਆਂ ਜਿਹੜੀਆਂ ਇੰਨੀਆਂ ਸੀਟਾਂ ਆਉਣਗੀਆਂ ਇਹ ਇਹ ਬੰਦੇ ਹਾਰਨਗੇ ਹੁਣ 13-0 ਦਾ ਜਿਹੜਾ ਨਾਰਾ ਉਹਨੂੰ ਆਮ ਆਦਮੀ ਪਾਰਟੀ ਕਿੰਨਾ ਕੁ ਗੰਭੀਰਤਾ ਦੇ ਨਾਲ ਲੈ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪੂਰੇ ਗੰਭੀਰਤਾ ਨਾਲ ਅਸੀਂ 2 ਦਿਨ ਪਹਿਲਾਂ ਮੋਹਾਲੀ ਚ ਕੇਜਰੀਵਾਲ ਸਾਹਿਬ ਨੇ ਕੰਪੇਨ ਸ਼ੁਰੂ ਕੀਤੀ ਹੈ ਅਸੀਂ ਪੂਰੇ ਬੁਲਾ ਦ੍ਰਿੜਤਾ ਦੇ ਨਾਲ ਇਮਾਨਦਾਰੀ ਦੇ ਨਾਲ ਨਿਸ਼ਚੈ ਦੇ ਨਾਲ ਕਿ 13-13 ਜਿੱਤਣੀ ਜਿੱਦਾਂ ਉਦੋਂ ਕਿਹਾ ਉਦੋਂ ਹੁਣ ਕਹਿੰਦੇ ਮਾਨ ਸਾਹਿਬ ਤਾਂ ਹੀ ਕਹਿੰਦੇ ਕਿ 13-0 ਹੋਣਗੀਆਂ ਜੀ ਤੁਹਾਡੇ ਸਾਹਮਣੇ ਵੇਖਿਓ ਤੁਸੀਂ ਸੋ ਆਪਾਂ ਜਿੱਤਾਂਗੇ ਨਵਾਂ ਇਤਿਹਾਸ ਬਣੂਗਾ ਪੰਜਾਬ ਦਾ ਜਿੱਦਾਂ ਪਹਿਲਾਂ ਬਣਿਆ 92 ਸੀਟਾਂ ਦਾ ਐਲਕਾ 13 ਦਾ ਬਣੂ ਬਿਲਕੁਲ ਤਾਂ ਇਹਨੇ ਕੁਲਦੀਪ ਸਿੰਘ ਧਾਰੀਵਾਲ ਨੇ ਜਿਨ੍ਹਾਂ ਨੇ ਪਾਰਟੀ ਦਾ ਧੰਨਵਾਦ ਵੀ ਕੀਤਾ ਔਰ ਨਾਲ ਦੀ ਨਾਲ ਇਹ ਦਾਅਵਾ ਵੀ ਕੀਤਾ ਕਿ 13-0 ਦਾ ਜਿਹੜਾ ਆਮ ਆਦਮੀ ਪਾਰਟੀ ਦਾ ਨਾਰਾ ਹੈ ਉਸ ਦੇ ਵਿੱਚ ਉਹ ਅੰਮ੍ਰਿਤਸਰ ਦੀ ਜਿਹੜੀ ਸੀਟ ਜਿੱਤ ਕੇ ਆਪਣਾ ਵੀ ਯੋਗਦਾਨ ਪਾਉਣਗੇ ਔਰ ਇਸ ਦੇ ਨਾਲ ਉਹਨਾਂ ਨੇ ਬਾਕੀ ਪਾਰਟੀਆਂ ਨੂੰ ਵੀ ਇੱਕ ਚੈਲੰਜ ਕੀਤਾ ਕਿ ਚਾਹੇ ਸਾਰੀਆਂ ਪਾਰਟੀਆਂ ਮਿਲ ਕੇ ਵੀ ਚੋਣ ਲੜ ਲੈਣ ਉਹਨਾਂ ਦੇ ਮੁਕਾਬਲੇ ਉਹ ਕਦੇ ਵੀ ਅੰਮ੍ਰਿਤਸਰ ਦੀ ਸੀਟ ਤੋਂ ਜਿਹੜੀ ਲੋਕ ਸਭਾ ਸੀਟ ਹੈ ਉਸ ਤੋਂ ਚੋਣ ਨਹੀਂ ਜਿੱਤ ਸਕਦੇ ਤਾਂ ਗੁਰਦੀਪ ਸਿੰਘ ਧਾਰੀਵਾਲ ਔਰ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਮਿਲ ਕੇ ਇਸ ਦੀ ਜਿਹੜੀ ਖੁਸ਼ੀ ਹੈ ਉਹ ਵੀ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਨੇ।